ਮੰਮੀ ਜੀ ਕੀ ਕਰੀਏ, ਆਉਣ ਨੂੰ ਤਾਂ ਅਸੀਂ ਆ ਜਾਈਏ ਪਰ ਸਾਨੂੰ ਆ ਨੌਕਰੀ ਤੋਂ ਛੁੱਟੀ ਹੋਈ ਨਹੀਂ ਨਾ ਮਿਲਦੀ ਹੈਗੀ। ਪੁੱਤ ਉਹ ਤਾਂ ਗੱਲ ਠੀਕ ਹੈ, ਮੇਰਾ ਨਾ ਮੇਰੇ ਪੁੱਤ ਨੂੰ ਮੈਨੂੰ ਬਹੁਤ ਜੀ ਕਰਦਾ, ਨਾ ਤਾਂ ਉਹ ਫੋਨ 'ਤੇ ਗੱਲ ਕਰਦਾ ਨਾ ਹੀ ਉਹ ਮੈਨੂੰ ਮਿਲਣ ਆਉਂਦਾ। ਮੈਂ ਕਿਹਾ ਮੰਮੀ ਜੀ ਅਸੀਂ ਤੁਹਾਨੂੰ ਮਹੀਨੇ ਦੀ ਮਹੀਨੇ ਪੈਸੇ ਭੇਜ ਤਾਂ ਦਿੰਦੇ ਹਾਂ, ਫਿਰ ਆ ਮਿਲਣ ਮਿਲਾਉਣ 'ਚ ਰਹਿ ਹੀ ਕੀ ਜਾਂਦਾ। ਪੁੱਤ ਐਂ ਕਿਉਂ ਕਹਿੰਦੀ ਹੈ? ਨਾਲੇ ਨਾ ਮੰਮੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ, ਇਹਨਾਂ ਨੂੰ ਨਾ ਬਾਹਲਾ ਫੋਨ ਕਰਕੇ ਤੰਗ ਨਾ ਕਰਿਆ ਕਰੋ, ਤੁਹਾਨੂੰ ਵੀ ਪਤਾ ਕੰਮਾਂ ਦੀਆਂ ਕਿੰਨੀਆਂ ਟੈਨਸ਼ਨਾਂ ਹੁੰਦੀਆਂ ਨੇ। ਜਦੋਂ ਇਹਨਾਂ ਨੂੰ ਟਾਈਮ ਲੱਗਿਆ ਨਾ ਇਹ ਤੁਹਾਨੂੰ ਆਪੇ ਫੋਨ ਕਰ ਲੈਣਗੇ। ਨਾਲੇ ਨਾ ਆਪਣੀ ਧੀ ਨੂੰ ਵੀ ਥੋੜ੍ਹਾ ਜਿਹਾ ਸਮਝਾ ਦਿਓ, ਉਹ ਬੇਮਤਲਬ ਵੀ ਫੋਨ ਕਰਕੇ ਨਾ ਸਾਨੂੰ ਦੁਖੀ ਕਰੀ ਰੱਖਦੀ ਆ। ਉਹਨੂੰ ਕਹਿ ਦਿਓ ਅਸੀਂ ਆਪੇ ਫੋਨ ਕਰ ਲਿਆ ਕਰਾਂਗੇ, ਉਹਨੂੰ ਕੋਈ ਲੋੜ ਨਹੀਂ ਸਾਨੂੰ ਫੋਨ ਕਰਨ ਦੀ। ਚੱਲ ਠੀਕ ਹੈ ਪੁੱਤ, ਮੈਨੂੰ ਮਾਫ਼ ਕਰੀ ਜਿਹੜਾ ਮੈਂ ਤੈਨੂੰ ਫੋਨ ਕਰਕੇ ਤੇਰਾ ਟਾਈਮ ਖਰਾਬ ਕੀਤਾ। ਕੀ ਕਹਿੰਦੀ? ਕੁਛ ਨਹੀਂ। ਉਹ ਰਹਿਣ ਦੇ, ਮੈਨੂੰ ਪਤਾ ਹੈ, ਸਾਫ਼ ਜਵਾਬ ਦਿੱਤਾ ਹੈ। ਦੱਸ ਆਹ ਵੀ ਦਿਨ ਦੇਖਣੇ ਸੀ ਜਿਨ੍ਹਾਂ ਨੂੰ ਪਾਲ ਪੜੋਸ ਕੇ ਇੰਨਾ ਵੱਡਾ ਕੀਤਾ, ਉਹ ਹੁਣ ਮਾਂ ਬਾਪ ਨੂੰ ਪੁੱਛਦੇ ਵੀ ਨਹੀਂ। ਇਹਨਾਂ ਨੂੰ ਨਾ ਆਈ ਗੱਲਾਂ ਸੁਣਾ ਸੁਣਾ ਸਿੱਧਾ ਕਰਨਾ ਪੈਂਦਾ, ਹੁਣ ਘੱਟੋ ਘੱਟ ਮੇਰੇ ਨਾਲ ਇਹ ਮਹੀਨਾ ਗੱਲ ਨਹੀਂ ਕਰਨਗੇ। ਮੰਮਾ ਤੁਸੀਂ ਫੋਨ ਤੇ ਕਿਹਦੇ ਨਾਲ ਗੱਲਾਂ ਕਰਦੇ ਸੀ? ਮੈਂ ਪੁੱਤ ਕਿਸੇ ਨਾਲ ਨਹੀਂ ਗੱਲਾਂ ਕਰਦੀ ਸੀ। ਮੰਮਾ ਤੁਸੀਂ ਝੂਠ ਕੇ ਬੋਲਦੇ ਹੋ, ਮੈਨੂੰ ਪਤਾ ਤੁਸੀਂ ਦਾਦੀ ਨਾਲ ਗੱਲਾਂ ਕਰਦੇ ਸੀ। ਤੈਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਦਾਦੀ ਨਾਲ ਗੱਲ ਕਰ ਰਹੀ ਸੀ? ਸੋਰੀ ਮੰਮਾ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ। ਦਾਦੀ ਮੰਮਾ ਪਾਪਾ ਨੂੰ ਮਿਲਣਾ ਚਾਹੁੰਦੇ ਨੇ ਨਾ, ਤੇ ਤੁਸੀਂ ਉਹਨਾਂ ਨੂੰ ਕਹਿਤਾ ਸਾਨੂੰ ਉਹਨਾਂ ਨਾਲ ਮਿਲਣ ਦਾ ਟਾਈਮ ਨਹੀਂ। ਪਰ ਮੰਮਾ ਆਪਾਂ ਸਾਰਿਆਂ ਨੂੰ ਤਾਂ 2-3 ਦਿਨਾਂ ਦੀਆਂ ਛੁੱਟੀਆਂ ਨੇ ਨਾ। ਮੇਰੇ ਪਿਆਰੇ ਪੁੱਤਰ ਜੀ, ਇਹ ਤੁਹਾਨੂੰ ਪਤਾ ਤੇ ਸਾਨੂੰ ਪਤਾ ਵੀ ਆਪਾਂ ਨੂੰ 2-3 ਦਿਨਾਂ ਦੀਆਂ ਛੁੱਟੀਆਂ ਨੇ, ਪਰ ਦਾਦੀ ਨੂੰ ਨਹੀਂ ਨਾ ਪਤਾ। ਨਾਲੇ ਮੇਰੀ ਗੱਲ ਸੁਣ, ਆਪਾਂ ਦਾਦੀ ਨੂੰ ਨਹੀਂ ਨਾਨੀ ਨੂੰ ਮਿਲਣ ਚੱਲਾਂਗੇ। ਮੰਮੀ ਪਰ ਨਾਨੀ ਤਾਂ ਆਪਾਂ ਨੂੰ ਮਿਲਣ ਵੀ ਆ ਜਾਂਦੇ ਆ ਤੇ ਆਪਾਂ ਵੀ ਉਹਨਾਂ ਨੂੰ ਮਿਲਣ ਚਲੇ ਜਾਂਦੇ ਹਾਂ, ਪਰ ਦਾਦੀ ਨੂੰ ਤਾਂ ਆਪਾਂ ਨੂੰ ਮਿਲੇ ਬਹੁਤ ਟਾਈਮ ਹੋ ਗਿਆ, ਉਹ ਆਪਣੇ ਕੋਲ ਆਉਂਦੇ ਵੀ ਨਹੀਂ, ਆਪਾਂ ਵੀ ਨਹੀਂ ਉਹਨਾਂ ਕੋਲ ਜਾਂਦੇ। ਕੀ ਗੱਲ, ਤੂੰ ਦਾਦੀ ਨੂੰ ਮਿਲਣ ਨੂੰ ਬੜਾ ਬੇਸਬਰਾ ਹੋਇਆ ਪਿਆ, ਕਿਤੇ ਤੈਨੂੰ ਪਾਪਾ ਨੇ ਤਾਂ ਨਹੀਂ ਕੁਛ ਕਿਹਾ? ਓ ਮੰਮਾ ਤੁਸੀਂ ਵੀ ਨਾ, ਬਸ ਪਾਪਾ ਨੇ ਤਾਂ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ ਵੀ ਛੁੱਟੀਆਂ 'ਚ ਆਪਾਂ ਕਿਤੇ ਚੱਲੀਏ। ਮੈਂ ਖੁਦ ਹੀ ਸੋਚਦਾ ਸੀ ਵੀ ਪਾਪਾ ਨੂੰ ਕਹਿ ਦਾ ਆਪਾਂ ਦਾਦੀ ਨੂੰ ਮਿਲੇ ਆਉਂਦੇ ਹਾਂ। ਉਹ ਬਾਬਾ ਗੁਰੂ, ਉਹ ਰਹਿਣ ਦੇ, ਤੂੰ ਪਾਪਾ ਨਾਲ ਤੂੰ ਕੋਈ ਗੱਲ ਨਹੀਂ ਕਰਨੀ, ਜੇ ਤੂੰ ਗੱਲ ਕਰਨੀ ਨਾ ਪਾਪਾ ਨੇ ਤਾਂ ਹੁਣੇ ਤਿਆਰ ਹੋ ਜਾਣਾ। ਤੂੰ ਰੁਕ, ਮੈਂ ਕੱਢਦੀ ਹਾਂ ਕੋਈ ਹੱਲ, ਦੇਖਦੇ ਹਾਂ ਵੀ ਕੀ ਕਰਨਾ, ਤੂੰ ਇੰਨੇ ਜਾ ਕੇ ਖੇਡ। ਠੀਕ ਆ ਮੰਮਾ ਜੀ। ਇਹ ਮੁੰਡਾ ਵੀ ਨਾ ਸਵਾਲ ਤੇ ਸਵਾਲ ਕਰੀ ਜਾਂਦਾ, ਹੁਣ ਦੱਸ ਮੈਂ ਇਹਨੂੰ ਕੀ ਕਹਾਂ, ਕਿਵੇਂ ਸਮਝਾਵਾਂ? ਸ਼ੈਲੀ, ਓ ਸ਼ੈਲੀ। ਹਾਂਜੀ, ਕੀ ਹੋਇਆ? ਬੈਗ ਪੈਕ ਕਰ, ਆਪਾਂ ਮੰਮੀ ਨੂੰ ਮਿਲਣ ਚੱਲਣਾ। ਮੰਮੀ ਨੂੰ? ਨਾਲੇ ਮੈਂ ਮਾਤਾ ਨੂੰ ਮਨਾ ਕੀਤਾ ਸੀ ਵੀ ਇਹਨਾਂ ਨੂੰ ਫੋਨ ਨਾ ਕਰੇ, ਪਰ ਹਟੀ ਨਹੀਂ ਫੇਰ ਵੀ ਫੋਨ ਕਰਨ ਤੋਂ। ਓ ਸੋਚਾਂ ਸੋਚਾਂ ਚ ਨਾ ਕਹੋ, ਚੱਲ ਜਲਦੀ ਚੱਲੀਏ ਆਪਾਂ ਜੀ। ਪਰ ਮੈਂ ਤਾਂ ਮੰਮੀ ਨੂੰ ਮਨਾ ਕਰਤਾ ਸੀ ਵੀ ਅਸੀਂ ਤਾਂ ਆ ਨਹੀਂ ਸਕਦੇ। ਓ ਜੇ ਤੂੰ ਮਨਾ ਕਰਤਾ ਸੀ ਫਿਰ ਮੰਮੀ ਨੇ ਮੈਨੂੰ ਕਿਉਂ ਫੋਨ ਕੀਤਾ ਵੀ ਮਿਲ ਕੇ ਜਾਓ? ਮੈਨੂੰ ਪਤਾ ਮੰਮੀ ਨੇ ਤੁਹਾਨੂੰ ਫੋਨ ਕਿਉਂ ਕੀਤਾ। ਕਿਉਂ ਕੀਤਾ? ਬਦਲੇ ਲੈਣ ਦੀ ਮਾਰੀ ਨੇ। ਬਦਲੇ?
ਉਹ ਤੇਰੀ ਮਾਂ ਤੇਤੋਂ ਕਾਹਦੇ ਬਦਲੇ ਲੈਂਦੀ ਫਿਰਦੀ ਹੈ? ਮੇਰੀ ਮਾਂ? ਤੁਸੀਂ ਮੇਰੇ ਮੰਮੀ ਦੀ ਗੱਲ ਕਰ ਰਹੇ ਹੋ? ਉਹਨਾਂ ਨੇ ਆਪਾਂ ਨੂੰ ਮਿਲਣ ਨੂੰ ਬੁਲਾਇਆ। ਹਾਂ ਤੇਰੀ ਮਾਂ, ਪਰ ਮੈਨੂੰ ਐਂ ਲੱਗਦਾ ਵੀ ਤੂੰ ਗੱਲ ਮੇਰੀ ਮਾਂ ਤੇ ਲੈ ਗਈ, ਵੀ ਪਤਾ ਨਹੀਂ ਉਹਨੇ ਆਪਾਂ ਨੂੰ ਮਿਲਣ ਵਾਸਤੇ ਬੁਲਾਇਆ ਹੈ। ਨਹੀਂ ਨਹੀਂ ਜੀ। ਓ ਹਾਂ ਹਾਂ, ਨਾ ਨਾ ਜੀ ਨਾ ਕਰ। ਹੁਣ ਮੈਂ ਨਾ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਜਿਹੜੀਆਂ ਤੈਂ ਮੇਰੀ ਮਾਂ ਦੇ ਨਾਲ ਤੇ ਸਾਹਿਬ ਦੇ ਨਾਲ ਕਰੀਆਂ ਨੇ। ਤੁਸੀਂ ਮੇਰੀਆਂ ਗੱਲਾਂ ਸੁਣ ਲਿਆ? ਹੁਣ ਨੀਵੀਂ ਜੀ ਕਿਉਂ ਪਾ ਕੇ ਖੜ ਗਈ? ਹੁਣ ਤੂੰ ਦੇ ਜਵਾਬ, ਤੂੰ ਆਪਦੀ ਮਾਂ ਤੇ ਮੇਰੀ ਮਾਂ ਦੇ ਵਿੱਚ ਇੰਨਾ ਫਰਕ ਕਿਉਂ ਸਮਝਦੀ ਹੈ? ਨਹੀਂ ਨਾ ਕੋਈ ਜਵਾਬ, ਉਹਦਾ ਜਵਾਬ ਮੇਰੇ ਕੋਲ ਹੈ, ਕਿਉਂਕਿ ਤੈਨੇ ਮੇਰੀ ਮਾਂ ਨੂੰ ਕਦੇ ਆਪਦੀ ਮਾਂ ਮੰਨਿਆ ਹੀ ਨਹੀਂ। ਉਹ ਆ ਨਾ ਸਿਰਫ ਇੱਕ ਨੌਕਰੀ ਕਰਕੇ ਮੈਂ ਆਪਦੇ ਮਾਂ ਬਾਪ ਤੋਂ ਦੂਰ ਰਹਿ ਰਿਹਾ, ਨਹੀਂ ਨਾ ਮੈਂ ਆਪਦੇ ਮਾਂ ਬਾਪ ਨੂੰ ਇਕੱਲਾ ਨਹੀਂ ਸੀ ਛੱਡਣਾ। ਤੂੰ ਨਾਲੇ ਕਦੇ ਐਂ ਸੋਚਿਆ ਵੀ ਇਹ ਗੱਲਾਂ ਦਾ ਸਾਰੀਆਂ ਦਾ ਆਪਣੇ ਮੁੰਡੇ ਤੇ ਕੀ ਅਸਰ ਹੁੰਦਾ ਹੋਊਗਾ? ਪਰ ਤੇਰੀ ਐਡੀ ਸੋਚ ਕਿੱਥੇ, ਉਹ ਤੈਨੂੰ ਤਾਂ ਉਦੋਂ ਪਤਾ ਲੱਗੂ ਜਦੋਂ ਤੇਰੇ ਮੁੰਡੇ ਨੇ ਨਾ ਤੇਰੇ ਨਾਲ ਇਹ ਕੁਛ ਕੀਤਾ। ਨਾਲੇ ਹੁਣ ਜੋ ਮੇਰੀ ਮਾਂ ਫੀਲ ਕਰ ਰਹੀ ਹੈ ਨਾ, ਜਦੋਂ ਤੇਰੇ ਮੁੰਡੇ ਨੇ ਤੇਤੋਂ ਦੂਰ ਰਹਿ ਕੇ ਤੈਨੂੰ ਫੀਲ ਕਰਾਇਆ, ਤੂੰ ਫੇਰ ਦੇਖੀ ਜਿਹਨੂੰ ਤੂੰ ਪਾਲ ਪਲੋਸ ਕੇ ਐਡਾ ਵੱਡਾ ਕੀਤਾ ਨਾ, ਤੇ ਉਹ ਤੈਨੂੰ ਪੁੱਛੇ ਨਾ, ਫੇਰ ਤੈਨੂੰ ਪਤਾ ਲੱਗੂਗਾ। ਤੇ ਐਂ ਦੇਖ ਹੁਣ ਮੇਰੀ ਮਾਂ ਨੂੰ ਕਿੱਡਾ ਵੱਡਾ ਧੱਕਾ ਲੱਗਦਾ ਹੋਊਗਾ। ਪਰ ਮੈਂ ਵੀ ਕਿਹਨੂੰ ਗੱਲਾਂ ਕਹਿ ਰਿਹਾ, ਕਿਹਨੂੰ ਸੁਣਾ ਰਿਹਾ ਮੈਂ ਜਿਹਦੇ 'ਤੇ ਕੋਈ ਗੱਲਾਂ ਦਾ ਅਸਰ ਹੀ ਨਹੀਂ ਹੈਗਾ। ਸਾਹਿਬ ਓਏ ਚੱਲ ਬੈਗ ਪੈਕ ਕਰ, ਚੱਲੀਏ ਆਪਾਂ। ਰੁਕੋ ਜੀ, ਤੁਸੀਂ ਨਹੀਂ ਕਿਤੇ ਜਾ ਸਕਦੇ। ਕਿਉਂ? ਉਹ ਮੈਂ ਕਿਉਂ ਨਹੀਂ ਜਾ ਸਕਦਾ? ਤੂੰ ਕੌਣ ਹੁੰਦੀ ਹੈ ਮੈਨੂੰ ਰੋਕਣ ਵਾਲੀ? ਨਾਲੇ ਨਾ ਉਹ ਮੇਰੀ ਮਾਂ ਹੈ, ਕਦੋਂ ਮਰਜ਼ੀ ਮਿਲ ਕੇ ਆਵਾਂ ਮੈਂ ਉਹਨੂੰ। ਫਿਰ ਮੈਂ ਵੀ ਉਸ ਮਾਂ ਦੀ ਧੀ ਹਾਂ, ਮੇਰੇ ਤੋਂ ਗਲਤੀ ਹੋਈ ਆ, ਅਤੇ ਉਸ ਗਲਤੀ ਨੂੰ ਮੈਂ ਹੀ ਸੁਧਾਰੂੰਗੀ। ਆਪਾਂ ਨਾ ਸਾਰੇ ਹੁਣ ਇਕੱਠੇ ਜਾਵਾਂਗੇ ਮੰਮੀ ਹੁਣੀਆਂ ਕੋਲੇ, ਮੰਮੀ ਡੈਡੀ ਨੂੰ ਮਨਾ ਕੇ ਨਾ ਆਪਾਂ ਆਪਣੇ ਨਾਲ ਇੱਥੇ ਲੈ ਆਵਾਂਗੇ। ਉਹ ਦੇਖ ਲੈ ਹਜੇ ਵੀ ਕਿਤੇ ਉੱਪਰਲੇ ਉੱਪਰਲੇ ਮਨੋਂ ਤਾਂ ਨਹੀਂ ਕਹਿ ਰਹੀ? ਜੀ ਨਹੀਂ, ਜੋ ਗਲਤੀ ਮੈਂ ਪਹਿਲਾਂ ਕੀਤੀ ਆ ਨਾ ਉਹ ਹੁਣ ਨਹੀਂ ਕਰੂੰਗੀ। ਬੱਚਿਆਂ ਦਾ ਹੀ ਫਰਜ਼ ਹੁੰਦਾ ਕਿ ਉਹ ਮਾਂ ਪਿਓ ਨੂੰ ਆਪਣੇ ਨਾਲ ਰੱਖਣ। ਬਾਕੀ ਜੀ, ਜੇ ਤੁਸੀਂ ਸਾਡੇ ਇਸ ਦਿੱਤੇ ਹੋਏ ਮੈਸੇਜ ਨਾਲ ਸਹਿਮਤ ਹੋ ਨਾ, ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਨਾਲੇ ਹਲੇ ਜਿਹਨੇ ਤੱਕ ਸਾਡਾ ਪੇਜ ਫੋਲੋ ਨਹੀਂ ਨਾ ਕਰਿਆ ਉਹ ਫੋਲੋ ਜ਼ਰੂਰ ਕਰ ਲਿਓ ਜੀ, ਅਤੇ ਐਸੇ ਤਰ੍ਹਾਂ ਦੀਆਂ ਵੀਡੀਓਆਂ ਲੈ ਕੇ ਤੁਹਾਡੇ ਮੂਹਰੇ ਹਾਜ਼ਰ ਹੁੰਦੇ ਰਹਾਂਗੇ। ਤਦ ਤੱਕ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।